मेरे प्यारे प्यारे बच्चों जमात प्री प्राइमरी 2 बच्चों आज मैं ਤੁਹਾਨੂੰ ਇੱਕ ਕਹਾਣੀ ਸੁਣਾਉਣ ਜਾ ਰਹੀਆਂ ਤਾਂ ਉਸ ਕਹਾਣੀ ਦਾ ਨਾਮ ਹੈ ਮੈਂ ਕੀ ਕਰਾਂ ਤਾਂ ਬੱਚਿਓ ਧਿਆਨ ਨਾਲ ਸੁਣਨੀ ਹੈ ਇਹ ਕਹਾਣੀ ओहो ਮੇਰਾ ਸਿਰ ਗਰਮ ਹੋ ਗਿਆ ਮੈਂ ਕੀ ਕਰਾਂ ਭਿਆਨਕ ਗਰਮੀ ਨਾਲ ਮੇਰੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਗਈ ਐ ਮੇਰਾ ਸਰੀਰ ਦਰਦ ਨਾਲ ਫਟ ਰਿਹਾ ਹੈ ਮੈਂ ਕੀ ਕਰਾਂ ਮੇਰੇ ਤੋਂ ਚੱਲਿਆ ਵੀ ਨਹੀਂ ਜਾ ਰਿਹਾ ਮੈਂ ਬਹੁਤ ਪਰੇਸ਼ਾਨ ਹਾਂ ਕੀ ਕਹਿ ਰਹੇ ਹੋ ਮੈਂ ਤੁਹਾਡੇ ਵਾਂਗ ਰੋਟੀ ਖਾ ਕੇ ਤਾਕਤਵਾਰ ਬਣ ਸਕਦੀ ਹਾਂ ਪਰ ਇਸ ਗਰਮੀ ਦਾ ਮੈਂ ਕੀ ਕਰਾਂ ਸੂਰਜ ਦੀ ਗਰਮੀ ਨਾਲ ਮੇਰਾ ਸਰੀਰ ਜਲ ਰਿਹਾ ਹੈ ਮੈਂ ਬਰਫ਼ ਦਾ ਗੋਲਾ ਖਾਵਾਂ ਜਾਂ ਪਾਣੀ ਪੀਵਾਂ ਜਾਂ ਮੂੰਹ ਤੇ ਕੱਪੜਾ ਬੰਨਾਂ ਪਰ ਇਹ ਮੇਰਾ ਇਲਾਜ ਨਹੀਂ ਹੈ ਕੀ ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ ਬੱਚਿਓ ਮੈਂ ਤਰਤੀ ਹਾਂ ਮੇਰੀ ਬਿਮਾਰੀ ਦਾ ਇਲਾਜ ਖਾਣ ਪੀਣ ਨਾਲ ਨਹੀਂ ਹੋਵੇਗਾ ਬਸ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖੋ ਖੂਬ ਦਰਖਤ ਲਗਾਓ ਪਾਣੀ ਬਚਾਓ ਬਸ ਫਿਰ ਮੈਂ ਹੋ ਜਾਵਾਂਗੀ ਤੰਦਰੁਸਤ ਤਾਂ ਬੱਚਿਓ ਇਹ ਕਹਾਣੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਸਾਨੂੰ ਆਪਣੀ ਧਰਤੀ ਮਾਤਾ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਜਿਆਦਾ ਤੋਂ ਜਿਆਦਾ ਰੁੱਖ ਲਗਾਉਣੇ ਚਾਹੀਦੇ ਨੇ ਪਾਣੀ ਨੂੰ ਵੀ ਬਚਾਉਣਾ ਚਾਹੀਦਾ ਹੈ ਟੂਟੀਆਂ ਕਦੇ ਵੀ ਖੁੱਲੀਆਂ ਨਹੀਂ ਛੜਨੀਆਂ ਚਾਹੀਦੀਆਂ ਇਸ ਕਰਕੇ ਬੱਚਿਓ ਅੱਜ ਆਪਾਂ ਪ੍ਰਣ ਕਰੀਏ ਆਪਾਂ ਆਪਣੀ ਧਰਤੀ ਮਾਤਾ ਦੀ ਹਮੇਸ਼ਾ ਰੱਖਿਆ ਕਰਾਂਗੇ ਬਾਏ ਬਾਏ ਪਿਆਰੇ ਬੱਚਿਓ ਧੰਨਵਾਦ